ਸਤਿ ਸ਼੍ਰੀ ਅਕਾਲ ਐਵਰੀਵਨ, ਹੋਰ ਠੀਕ ਹੋ? ਅੱਜ ਤੁਹਾਨੂੰ ਆਈਟਮਾਂ ਦਿਖਾਉਣ ਆਏ ਹਾਂ। ਇਹ ਆਈਟਮਾਂ ਦੀ ਖਾਸੀਅਤ ਕੀ, ਜਿੰਨੇ ਬਾਈਕ ਰੈਡੀ ਕਰਾਉਣੀ ਹੈ, ਮੋਡੀਫਿਕੇਸ਼ਨ ਕਰਾਉਣੀ ਹੈ, ਸਾਰੇ ਫੋਟੋਆਂ ਮੰਗਦੇ, ਕਿਸੇ ਨੂੰ ਇੱਕ ਇੱਕ ਇਕੱਲੀ ਇਕੱਲੀ ਫੋਟੋ ਦਿਖਾਉਣੀ ਬਹੁਤ ਮੁਸ਼ਕਿਲ ਹੁੰਦੀ ਹੈ। ਅੱਜ ਸਾਰੀਆਂ ਆਈਟਮਾਂ ਓਪਨ ਕਰਤੀਆਂ, ਕਿਉਂਕਿ ਜ਼ਿਆਦਾ ਮਾਲ ਨਹੀਂ ਪਿਆ, 15 ਜਾਂ 20 ਪੀਸ ਪਏ। ਇਹਦਾ ਮਾਲ ਤਾਂ ਮਿਲ ਜੂਗਾ, ਇਹਨਾਂ ਦਾ ਮਿਲ ਜਾਏਗਾ, ਇਹਨਾਂ ਦਾ ਮਿਲ ਜਾਏਗਾ, ਇਹਨਾਂ ਦਾ ਮਿਲ ਜਾਏਗਾ, ਇਹਨਾਂ ਦਾ ਮਿਲ ਜਾਏਗਾ। ਈਵਨ ਇਹਨਾਂ ਕੀ ਮੀਟਰ ਹੋ ਗਏ, ਬੈਕਲੇਟਾਂ ਥੋੜ੍ਹੇ ਥੋੜ੍ਹੇ ਪੀਸ ਹੀ ਪਏ ਨੇ, 10-15-20 ਪੀਸ ਇੰਨੇ ਨਹੀਂ ਹੋਣੇ। ਆਹ ਮੀਟਰ ਅਵੇਲੇਬਲ ਹੈਗੇ ਆਪਣੇ ਕੋਲ, ਠੀਕ ਹੈ ਜੀ। ਜਿਹਨੇ ਮੋਡੀਫਿਕੇਸ਼ਨ ਕਰਾਉਣੀ ਹੈ ਤੁਹਾਨੂੰ ਆਈਟਮਾਂ ਦਿਖਾ ਦਿੰਦੇ ਹਾਂ। ਪਹਿਲਾਂ ਸ਼ੁਰੂਆਤ ਕਰਦੇ ਹਾਂ ਬੈਕ ਲਾਈਟਾਂ ਤੋਂ। ਇਹ ਬੈਕ ਲਾਈਟ ਹੈਗੀ ਜੀ, ਆਹ ਦੇਖ ਲਓ। ਜਿਹਨੇ ਸਿੰਗਲ ਪੀਸ ਵੀ ਲੈਣਾ, ਸਕਰੀਨਸ਼ੋਟ ਵਗੈਰਾ ਮੈਨੂੰ ਭੇਜ ਸਕਦਾ, ਠੀਕ ਹੈ। ਮੈਂ ਤੁਹਾਨੂੰ ਰੇਟ ਸਾਰਾ ਦੱਸਦਾ ਜਿਹਨੇ ਜੋ ਆਈਟਮ ਲੈਣੀ ਹੈ। ਇਹ ਆ ਗਿਆ ਪਾਰਕਿੰਗ, ਆ ਗਿਆ ਜੀ ਰਨਿੰਗ ਵਿੱਚ, ਆ ਗਿਆ। ਇਹ ਆ ਗਈ ਬੈਕ ਲਾਈਟ ਬ੍ਰੇਕ, ਠੀਕ ਹੈ ਜੀ। ਬ੍ਰੇਕ ਦੀ ਲਾਈਟ ਬਹੁਤ ਤੇਜ਼ ਆ, ਓਕੇ ਜੀ। ਉਸ ਤੋਂ ਬਾਅਦ ਆ ਗਈ ਆਹ ਲਾਈਟ, ਆ ਗਈ ਜੀ। ਇਹ ਵੀ ਲਾਈਟ ਬੜੀ ਸ਼ਾਨਦਾਰ ਹੈ, ਮੈਟਲ ਬੋਡੀ ਵਿੱਚ, ਲਵ ਯੂ ਲਾਈਟ ਕਹਿੰਦੇ ਆ ਇਹਨੂੰ, ਮੈਟਲ ਬੋਡੀ 'ਚ ਆ। ਅਦਰ ਬਾਈਕ 'ਤੇ ਵੀ ਲਗਾ ਸਕਦੇ ਹੋ, ਹਾਂਜੀ। ਬ੍ਰੇਕ ਲਓ ਜੀ, ਪਾਰਕਿੰਗ ਐਂਡ ਬ੍ਰੇਕ ਹੈਗੀ ਇਹਦੇ 'ਚ, ਠੀਕ ਹੈ। ਇਹਦੇ 'ਚ ਇੱਕ ਹੋਰ ਮਾਡਲ ਹੈਗਾ ਆਲਾ, ਇਹਦੇ ਫੰਕਸ਼ਨ ਬਹੁਤ ਹੈਗੇ ਆ ਲਾਈਟ, ਇਹਦੇ ਲਾਈਟ 'ਚ। ਇਸ ਤੋਂ ਨਵਾਂ ਵਰਜ਼ਨ ਆਇਆ ਇਹਦਾ, ਜਿਹੜੀ ਮਰਜ਼ੀ ਬਾਈਕ ਵੇਅਰ ਸਪੋਰਟਸ ਬਾਈਕ ਹੈ ਤਾਂ ਲਗਾ ਸਕਦੇ ਹੋ ਇਹਨੂੰ। ਆਹ ਇੰਡੀਕੇਟਰ ਆ ਰਹੇ ਜੀ, ਰਾਈਟ ਲੈਫਟ ਇੰਡੀਕੇਟਰ ਹੋ ਗਏ। ਆਹ ਬ੍ਰੇਕ ਹੋ ਗਈ ਅਤੇ ਇਹ ਪਾਰਕਿੰਗ ਹੋ ਗਈ, ਫਲੋਇੰਗ ਕਰ ਰਹੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਇਹਦੇ 'ਚ ਇੱਕ ਹੋਰ ਮਾਡਲ ਹੈਗਾ, ਆਹ ਵੀ ਮਾਡਲ ਹੈਗਾ, ਟਰਾਂਸਪੇਰੈਂਟ 'ਚ ਹੈਗਾ। ਹੁਣ ਚਲਾਵਾਂਗੇ ਤਾਂ ਬਹੁਤ ਟਾਈਮ ਲੱਗ ਜਾਣਾ, ਫਿਰ ਵੀ ਚਲੋ ਚਲਾ ਕੇ ਦਿਖਾ ਦੇਣਾ ਤੁਹਾਨੂੰ। ਲਓ ਜੀ, ਲੋ ਅਤੇ ਹਾਈ ਦੋ ਫੰਕਸ਼ਨ ਹੈਗੇ ਦੇ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਹਾਰਲੇ ਲਾਈਟ ਆ ਗਈ, ਫੁੱਲ ਮੈਟਲ ਆ ਗਈ, ਇਹਨੂੰ ਹਾਰਲੇ ਦੀ ਬੈਕ ਲਾਈਟ ਕਹਿ ਦਿੰਦੇ ਕਈ, ਬਹੁਤ ਸੇਲ ਹੁੰਦੀ ਹੈ। ਉਸ ਤੋਂ ਬਾਅਦ ਸਕੱਲ ਵਾਲੀ ਆ ਗਈ, ਬਲੈਕ ਅਤੇ ਸਿਲਵਰ ਬੋਡੀ ਆ ਗਈ, ਠੀਕ ਹੈ ਜੀ। ਉਸ ਤੋਂ ਬਾਅਦ ਮਿਡਲ ਫਿੰਗਰ ਲਾਈਟ ਆ ਗਈ, ਇੱਕ ਆ ਵੀ ਲਾਈਟ ਬਹੁਤ ਵਧੀਆ, ਇਹ ਸਪਲੈਂਡਰ ਦੇ ਪਿੱਛੇ ਵੀ ਲੋਕ ਲਵਾਉਂਦੇ ਆ, ਜੀਪਾਂ ਦੇ ਪਿੱਛੇ ਵੀ ਲੱਗ ਜਾਂਦੀ ਆ, ਕਾਰਾਂ 'ਤੇ ਵੀ ਲੱਗ ਜਾਂਦੀ ਹੈ, ਜਿਹੜੇ ਰੈਡੀ ਕਰਾਉਂਦੇ ਜੀਪਾਂ 'ਚ ਬਹੁਤ ਵੀ ਲੱਗ ਜਾਂਦੀ ਆ। ਇੰਡੀਕੇਟਰ ਹੈਗੇ ਅਤੇ ਬ੍ਰੇਕ ਹੈਗੀ ਇਹਦੇ 'ਚ, ਠੀਕ ਹੈ ਜੀ। ਉਸ ਤੋਂ ਇਲਾਵਾ ਇਹ ਵੀ ਇੱਕ ਆ ਵੀ ਐੱਸ ਐੱਸ ਵਗੈਰਾ ਦੇ ਪਿੱਛੇ ਲਾਉਂਦੇ ਗਈ, ਮੋਡੀਫਿਕੇਸ਼ਨ ਕਰਦੇ, ਜਿਹਦੇ ਮਰਜ਼ੀ ਲਾ ਸਕਦੇ ਹੋ। ਇਹ ਜੀਪਾਂ 'ਤੇ ਵੀ ਬੜੇ ਬੰਦਿਆਂ ਨੇ ਲਾਈ ਆ, ਜਿਹੜੇ ਮੋਡੀਫਿਕੇਸ਼ਨ ਕਰਦੇ ਆ ਉਹਨਾਂ ਨੂੰ ਪਤਾ, ਠੀਕ ਹੈ ਜੀ। ਲਾਈਟ ਅੱਛੀ ਆ। ਉਸ ਤੋਂ ਬਾਅਦ ਆ ਗਏ ਆਪਣੇ ਡਿਜੀਟਲ ਮੀਟਰ ਆ ਗਿਆ ਜੀ, ਇਹ ਬੁਲੇਟ 'ਚ ਵੀ ਲਾ ਸਕਦੇ ਹੋ ਡਿਜੀਟਲ ਮੀਟਰ। ਸਪਲੈਂਡਰ ਦਾ ਮੇਰੇ ਕੋਲ ਸ਼ਾਇਦ ਖਤਮ ਹੋ ਗਿਆ, ਸਪਲੈਂਡਰ ਦਾ ਵੀ ਆਉਂਦਾ, ਇਹ ਬੁਲੇਟ ਸਾਈਜ਼ ਹੈਗਾ। ਇਹ ਜੀਪਾਂ 'ਚ ਵੀ ਲਾ ਦਿੰਦੇ ਨੇ, ਬੁਲੇਟ 'ਚ ਵੀ ਲਾ ਦਿੰਦੇ ਨੇ, ਔਰ ਅਦਰ ਬਾਈਕ 'ਤੇ ਵੀ ਲਾ ਦਿੰਦੇ ਨੇ। ਇਹ ਹਾਫ ਡਿਜੀਟਲ ਆ ਗਿਆ, ਠੀਕ ਹੈ ਜੀ। ਇੱਕ ਆ ਸਪੀਡੋਮੀਟਰ ਆ ਗਿਆ, ਇਹ ਆ ਡਿਜੀਟਲ ਆ ਗਿਆ ਜੀ। ਇਹ ਵੀ ਡਿਜੀਟਲ ਚੱਲੇਗਾ, ਆਰ ਪੀ ਐਮ ਵੀ ਸ਼ੋ ਕਰੇਗਾ, ਸਭ ਕੁਝ ਕਰੇਗਾ। ਉਸ ਤੋਂ ਇਲਾਵਾ ਇੱਕ ਆ ਮੀਟਰ ਆ ਗਿਆ, ਡਬਲ ਮੀਟਰ ਆ ਗਿਆ, ਜਿਹਨੇ ਐੱਸ ਐੱਸ 'ਤੇ CD100 ਦੇ ਡਿਸਕਵਰ ਦੀ ਕਿਸੇ ਨੇ ਸ਼ੇਪ ਚੇਂਜ ਕਰਨੀ ਹੋਵੇ, ਜਿਹੜੇ ਮਗਰਾਹ ਟੁੱਟ ਜਾਂਦੇ ਬਾਰ ਬਾਰ, ਇਹ ਟ੍ਰਿਪਲ ਮੀਟਰ ਆ ਗਿਆ। ਇਹਦੇ 'ਚ ਪੈਟਰੋਲ ਦੀ ਗੇਜ ਵੀ ਆ ਗਈ, ਸਾਰਾ ਕੁਝ ਆ ਗਿਆ ਜੀ, ਇਹਦੇ ਦੇਖ ਲਓ। ਟ੍ਰਿਪਲ ਮੀਟਰ ਅਵੇਲੇਬਲ ਹੈਗਾ ਆਪਣੇ ਕੋਲ। ਉਸ ਤੋਂ ਬਾਅਦ ਹੈੱਡਲਾਈਟ ਹੈ, ਇਹਦੀ ਪੀਸ 5-10 ਪੀਸ ਪਏ ਨੇ। ਉਸ ਤੋਂ ਬਾਅਦ ਇਹ ਲਾਈਟਾਂ ਅਵੇਲੇਬਲ ਹੈਗੀਆਂ, ਨਵੇਂ ਮਾਡਲ ਆਏ ਜਿਹੜੇ, ਵਿਦ ਡੂਮ, ਵਿਦਆਊਟ ਡੂਮ ਬਥੇਰੇ ਮਾਡਲ ਮਿਲ ਜਾਣਗੇ, ਐਜ ਏ ਜੀ ਮਾਡਲ ਵੀ ਮਿਲ ਜਾਏਗਾ, ਠੀਕ ਹੈ ਜੀ। ਉਸ ਤੋਂ ਇਲਾਵਾ ਆਪਾਂ ਜੇ ਹੈਂਡਲ ਲੈਣੇ, ਹੈਂਡਲ ਮਿਲ ਜਾਣਗੇ। ਇੱਕ ਆ ਵੀ ਹੈਂਡਲ ਹੈ, ਇਹਦੇ 'ਚ ਕਲਰ ਚੇਂਜ ਹੋ ਜਾਏਗਾ। ਇੱਕ ਆ ਹੈਂਡਲ ਹੈ, ਇਹਦੇ 'ਚ ਬਲੈਕ ਮਿਲ ਜਾਏਗਾ, ਪਲਸਰ ਦੀ ਫਿਟਿੰਗ ਵੀ ਮਿਲ ਜਾਏਗੀ, ਸਪਲੈਂਡਰ ਦੀ ਫਿਟਿੰਗ ਵੀ ਹੈਗੀ ਆ, ਹੈਵੀ 'ਚ ਹੈਗਾ। ਇੱਕ ਆ ਵੀ ਹੈਂਡਲ ਪਹਿਲਾਂ ਬਹੁਤ ਚੱਲਦੇ ਜੀ, ਇੱਕ ਵਾਰੀ ਫਿਰ ਦੁਬਾਰਾ ਮੰਗਵਾਏ ਨੇ ਕਸਟਮਰ ਡਿਮਾਂਡ 'ਤੇ। ਆਹ ਦੋ ਮਾਡਲ ਹੈਗੇ ਤੇ ਜੀ, ਠੀਕ ਹੈ। ਆਹ ਸ਼ੇਪ ਦੋਨੇ ਅਲੱਗ ਅਲੱਗ ਹੈ। ਹੋਰ ਤੁਹਾਨੂੰ ਮੈਂ ਜਲਦੀ ਵੀਡੀਓ ਪਾਊਂਗਾ ਇੰਡੀਕੇਟਰ ਵਗੈਰਾ ਦੀ। ਇੰਡੀਕੇਟਰ ਵਗੈਰਾ ਨਵੇਂ ਬਹੁਤ ਆਏ ਨੇ, ਪਰਸੋਂ ਚੌਥ ਪਾਵਾਂਗੇ ਆਪਾਂ ਇੰਡੀਕੇਟਰ, 2 ਦਿਨ ਬਾਅਦ ਇੰਡੀਕੇਟਰ ਵਗੈਰਾ, ਮੋਡੀਫਿਕੇਸ਼ਨ, ਸਪੋਰਟਸ ਬਾਈਕਾਂ ਦੀ ਆਈਟਮਾਂ ਵਗੈਰਾ,
ਸੋ ਰਿੰਗ ਵਗੈਰਾ ਵੀ ਹੈਗੇ KTM ਰਿੰਗ ਦੇ, ਸਾਈਡ ਮਿਰਰ ਦੀ ਵੀ ਪਾਵਾਂਗੇ, ਸਾਈਡ ਮਿਰਰ ਬਹੁਤ ਤਰ੍ਹਾਂ ਦੇ ਆਏ ਆਪਣੇ ਕੋਲ, ਕਰੋਮ ਵਿੱਚ, ਬਲੈਕ ਵਿੱਚ, ਅਤੇ ਯੋਗਨੈਟ ਦੇ ਲੱਗਣ ਵਾਲੇ ਸਲਿਮ ਮਿਰਰ ਆ ਰਹੇ ਅੱਜ ਕੱਲ੍ਹ, ਲਾਈਟਿੰਗ ਵਿੱਚ ਬਹੁਤ ਮਿਰਰ ਆ ਰਹੇ ਨੇ। ਮਿਲਦੇ ਹਾਂ ਨਵੀਂ ਵੀਡੀਓ ਨਾਲ, ਓਕੇ, ਸਭ ਨੂੰ ਸਤਿ ਸ਼੍ਰੀ ਅਕਾਲ।